पंजाब च कणक की वाढ़ी शुरू हो गई है। तुम देख रहे हो समाणा इलाके दे विच जिहड़े मजदूर हैं उन्होंने कणक की वाढ़ी ने शुरू करता। तुम देख रहे हो औरतां कणक की वाढ़ी च लगी हुई हैं पूरी जोरां शोरां नाल। भावें पंजाब सरकार वालों 10 अप्रैल तो सरकारी खरीद कणक की शुरू करनी है, लेकिन किसानों वालों अपनी फसल जिहड़ी पक्के तैयार है उसनू बढ़ना शुरू कर दिता है। तुम देख रहे हो लगातार ये औरतां इस काम च लगी हुई हैं। इन्हां नाल गलबात भी करते हैं जिहड़े किसान खड़े हैं भी कितनी जमीन दे विच अज तुसीं वाढी है, किस तरह की थोड़ी तैयारी है कणक की वाढ़ी दे लई, इन्हां नाल गलबात करते हैं जी। हाँ चन्ना राम जी, किहड़े पिंड दी जमीन है? पिंड राजली दी जमीन है जी, साडा पिंड गैसरार मतलब राज नाल वक्ख हो गया जी। ठीक है, ते इह अज कणक दी तुसीं वाढ़ी शुरू करती है? हाँ जी हाँ जी। ते सरकार तो अजे दस्ता जिहड़ा खरीद करेगी ओही असीं ते मंग करदे आ, मतलब खरीद 10 तों पहलां चालू करनी चाहीदी है, इक सानूं पूरा रेट मिलना चाहीदा, इस तरह असीं बच सकदे आ। किसान नहीं ते साडा ते इस तरह गोल है जी। फसल तैयार है जी, फसल अज तो बहु जी 3-4 दिन पहला वढ़ने वाली, सगो ज्यादा लेट हो रही है, लेट हो गई हाथ नाल। लेट वढ़ांगे जी साडा नुकसान, बल्लियां पक के किरण लग जा वढ़ने, हाथों दे लैग दी नहीं रह जाएगी, ये चक्कर है जी। फसल बिल्कुल तैयार है? बिल्कुल तैयार है जी। किन्ने तुसी किल्लें दे विच वढ़े रहे हो एकड़ च? असी जी 4 एकड़ मतलब वढ़ांगे, 3 नूं कंबाइन फराहांगे। हाँ जी। ਤੁਹਾਡਾ ਕੀ ਨਾਮ ਹੈ ਜੀ? ਸਰਬਜੀਤ ਜੀ। ਸਰਬਜੀਤ ਜੀ, ਤੁਸੀਂ ਵਾਢੀ ਸ਼ੁਰੂ ਕਰਾਤੀ ਹੈ? ਹਾਂਜੀ ਹਾਂਜੀ। ਤੇ ਕਿੰਨੀ ਜਲਦੀ ਮਤਲਬ ਸ਼ੁਰੂਆਤ ਅਜੇ ਲੇਟ ਹੋਣੀ ਹੈ, ਤੁਸੀਂ ਕੀ ਮੰਗ ਕਰਦੇ ਹੋ? ਮੰਗ ਤਾਂ ਇਹੀ ਹੈ ਜੀ, ਪਹਿਲਾਂ ਹੀ ਹੋਣੀ ਚਾਹੀਦੀ ਹੈ ਖਰੀਦ, ਘਰ ਤਾਂ ਇੰਨਾ ਅਨਾਜ ਰੱਖ ਨਹੀਂ ਸਕਦੇ ਜੀ। ਹਾਂਜੀ ਮਤਲਬ ਤਿਆਰ ਹੈ ਪੂਰੀ ਤਰ੍ਹਾਂ? ਹਾਂਜੀ ਹਾਂ ਬਿਲਕੁਲ ਤਿਆਰ ਹੈ ਜੀ। ਤੇ ਝਾੜ ਕਿੱਦਾਂ ਲੱਗਦਾ? ਝਾੜ ਤਾਂ ਦੇਖੋ ਜੀ ਕੱਢ ਕੇ ਹੀ ਪਤਾ ਲੱਗੂਗਾ ਜੀ ਇਹ ਤਾਂ। ਹਾਂਜੀ ਹਾਂ, ਬਾਕੀ ਗੜੇਮਾਰੀ ਦੀ ਵੀ ਮਾਰ ਹੋਈ ਹੈ, ਉਸੇ ਹਿਸਾਬ ਨਾਲ ਕਿੱਲਾ ਕੱਢ ਕੇ ਦੇਖਿਆ ਜੀ ਵੀ ਝਾੜ ਜਾਣੀ ਕਿ ਘੱਟ ਲੱਗਦਾ ਜੀ। ਹਾਂਜੀ ਫਸਲ ਹਰਿਆਣੇ ਤੋਂ ਸ਼ੁਰੂ ਹੋ ਗਈ ਆ ਸਰਕਾਰੀ ਖਰੀਦ। ਅੱਛਾ ਜੀ, ਤੇ ਕਿਹਾ ਤੁਸੀਂ ਹਰਿਆਣੇ 'ਚ ਵੀ ਮੰਨ ਲਏ ਇੱਥੇ ਲੇਟ ਹੋ ਗਈ ਤਾਂ ਫਸਲ ਹਰਿਆਣੇ 'ਚ ਬੈਠਣ ਨਹੀਂ ਜੀ? ਹਰਿਆਣੇ 'ਚ ਤਾਂ ਲਿਜਾਣਾ ਸਾਨੂੰ ਔਖਾ ਹੈ, ਪੰਜਾਬ ਦੀ ਕਣਕ ਪੰਜਾਬ 'ਚ ਹੀ ਵੇਚਣਾ ਚਾਹੀਦਾ ਸਾਡੀ, ਤਾਂ ਉਰੇ ਸਮਾਣੇ ਖਰੀਦ ਸ਼ੁਰੂ ਹੋਵੇ ਤਾਂ ਸਮਾਣੇ ਹੀ ਵੇਚਣਾ ਸੌਖਾ। ਹਾਂਜੀ, ਮੇਰਾ ਸਵਾਲ ਇਹਨਾਂ ਨੂੰ ਵੀ ਖੜੇ ਹੈ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਰਿਆਣੇ 'ਚ ਤਾਂ ਅੱਜ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ, ਜੇ ਪੰਜਾਬ 'ਚ ਲੇਟ ਹੁੰਦੀ ਹੈ ਫਸਲ ਨੂੰ ਤੁਸੀਂ ਹਰਿਆਣੇ 'ਚ ਹੀ ਵੇਚਣ ਜਾ ਸਕਦੇ ਹੋ? ਫਿਰ ਜੇ ਇੱਥੋਂ ਲੇਟ ਸ਼ੁਰੂ ਹੋਊਗੀ ਤਾਂ ਫਿਰ ਤਾਂ ਜਾਣਾ ਹੀ ਪਊਗਾ ਜੀ, ਕਿਉਂਕਿ ਇੱਥੇ ਰੱਖ ਕੇ ਸਾਡਾ ਵੀ ਨੁਕਸਾਨ ਹੈ। ਲੇਕਿਨ ਮੌਸਮ ਤੁਸੀਂ ਦੇਖ ਹੀ ਰਹੇ ਹੋ, ਮੌਸਮ ਦਾ ਕੋਈ ਪਤਾ ਨਹੀਂ, ਪੱਕੀ ਫਸਲ ਹੈ, ਇਹਦਾ ਕੋਈ ਪਤਾ ਨਹੀਂ ਜੇ ਉੱਪਰੋਂ ਕੋਈ ਗੜੇਮਾਰੀ ਪਹਿਲਾਂ ਹੋ ਜਾਵੇ। ਪੰਜਾਬ ਸਰਕਾਰ ਲੇਟ ਕਰਦੀ ਹੈ ਖਰੀਦ, ਤੁਸੀਂ ਹਰਿਆਣੇ 'ਚ ਲਿਜਾ ਸਕਦੇ ਹੋ? ਅਸੀਂ ਲਿਜਾਵਾਂਗੇ ਜੀ ਫਿਰ, ਕਿਉਂਕਿ ਹਰਿਆਣਾ ਹੁਣ ਸਾਡੇ ਨਾਲ ਤਾਂ ਹੈਗਾ ਹੀ ਹੈ, ਫਿਰ ਅਸੀਂ ਉੱਥੇ ਵੇਚਾਂਗੇ ਜੀ। ਠੀਕ ਹੈ, ਜਾ ਕੇ ਵੇਚੋਗੇ? ਹਾਂਜੀ ਹਾਂਜੀ। ਤੁਸੀਂ ਵੀ ਦਾਓਗੇ ਰਹਿਣ ਦੇ ਲੈ ਕੇ ਫਸਲ, ਜੇ ਮੰਨ ਲਓ ਪੰਜਾਬ 'ਚ ਲੇਟ ਹੋ ਰਹੀ ਹੈ? ਬਈ ਜੇ ਇੱਥੇ ਮਤਲਬ ਨਾ ਮਤਲਬ ਸਾਨੂੰ ਖਰੀਦ ਚਾਲੂ ਕਰਨੇ, ਫਿਰ ਸਾਨੂੰ ਵੀ ਲੈ ਕੇ ਜਾਣੀ ਪਊ ਜੀ। ਕਿੱਥੇ ਲੈ ਕੇ ਜਾਓ, ਕਿਹੜਾ ਸ਼ਹਿਰ ਲੈ ਕੇ ਰਹਿਣਾ? ਸਾਨੂੰ ਚੀਕਾ ਹੀ ਲੱਗਦਾ ਜੀ, ਨਜ਼ਦੀਕ ਪੈਂਦਾ ਨਾ ਸਾਨੂੰ ਚੀਕਾ। ਹਾਂਜੀ ਹਾਂਜੀ। ਕਿਸਾਨ ਕਹਿ ਰਹੇ ਕਿ ਫਸਲ ਦੀ ਵਾਢੀ, ਫਸਲ ਤਿਆਰ ਹੈ, ਪੰਜਾਬ ਸਰਕਾਰ ਜਲਦੀ ਹੀ ਕਣਕ ਦੀ ਖਰੀਦ ਸ਼ੁਰੂ ਕਰੇ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਮਜਬੂਰੀ 'ਚ ਹਰਿਆਣਾ ਰਾਜ ਵਿੱਚ ਜਿਸ ਤਰ੍ਹਾਂ ਅੱਜ ਤੋਂ ਹਰਿਆਣਾ ਦੇ ਵਿੱਚ ਸਰਕਾਰ ਨੇ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਕਰਤੀ ਹੈ, ਕਦੇ ਇਹਨਾਂ ਨੂੰ ਹਰਿਆਣੇ 'ਚ ਜਾ ਕੇ ਆਪਣੀ ਫਸਲ ਨਾ ਵੇਚਣੀ ਪਵੇ। ਕੈਮਰਾਮੈਨ ਬਾਲ ਸਿੰਘ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।